ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ, ਠੀਕ ਹੈ। ਕਿੱਥੇ ਘਰ? ਇੱਥੇ ਹੀ ਲੱਗ ਗਈ ਹੈ ਤੁਹਾਡਾ? ਚਲੋ ਦਿਖਾ ਦਿਓ ਮਾੜਾ ਯਾਰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਦਾਂ ਦੀ ਪਾਇਆ ਫੋਨ ਭਾਜੀ ਨਾਲ? ਓਕੇ, ਤੇ ਕੀ ਹੋਇਆ ਪਿਆਰ ਨੂੰ, ਕੀ ਹੋਇਆ ਭੈਣੇ? ਗੇਮਾਂ ਬੰਦ ਹੋ ਗਿਆ। ਤੇ ਇਹਦਾ ਕੀ ਹੋਇਆ ਇਲਾਜ ਦਾ? ਰਾਸ਼ਨ ਦੀ ਲੋੜ ਆ ਹਨਾ ਜੀ? ਐਕਚੁਅਲੀ ਇੱਦਾਂ ਹੈ ਕਿ ਭਾਜੀ ਹੁਣਾਂ ਨੇ ਕਿਹਾ ਸੀ ਕਿ ਉਹਨਾਂ ਕੋਲ ਜਾ ਕੇ ਦੇਖ ਕੇ ਆਇਓ ਘਰ ਦੇ ਹਾਲਾਤ। ਦਵਾਈ ਪੱਟੀ ਨਹੀਂ ਕਰਵਾਈ ਤੋਂ ਗਰਮ ਪੱਟੀ ਲਵੇਟ ਲਈ ਉਹ ਰੱਤੇ ਕਿ ਪੈਸੇ ਉਹਨਾਂ ਕਰਕੇ ਕਿ ਚੱਲ। ਤੋਂ ਫਿਰ ਪੱਟੀਆਂ ਜੋਗੇ ਪੈਸੇ ਦੇ ਕੇ ਗਿਆ। ਠੀਕ ਹੈ, ਠੀਕ ਹੈ, ਹਾਲੇ ਤਾਂ ਪੱਟੀਆਂ ਕਰਾਂਗੇ। ਬਸ ਤੁਸੀਂ ਇੱਕ ਟਾਈਮ ਯੂਜ਼ ਕਰ ਸਕਦੇ ਹੋ, ਠੀਕ ਹੈ। ਹਾਂਜੀ, ਆ ਕ੍ਰੈਡਿਟ ਕਾਰਡ ਹੈ ਭਾਜੀ ਉਹਨਾਂ ਦਾ, ਤੁਸੀਂ ਇੱਕ ਟਾਈਮ ਯੂਜ਼ ਕਰ ਸਕਦੇ ਹੋ। ਕਿਤੇ ਵੀ ਯੂਜ਼ ਕਰਨਾ ਹੋਵੇ ਤਾਂ ਮੇਰੇ ਨਾਲ ਆ ਜਾਓ, ਜੋ ਤੁਹਾਨੂੰ ਚਾਹੀਦਾ ਤੁਸੀਂ ਲੈ ਲਓ, ਅਸੀਂ ਸਵੈਪ ਮਾਰ ਦਾਂਗੇ ਤੁਹਾਨੂੰ, ਠੀਕ ਹੈ। ਪਰ ਇਹ ਹੈ ਕਿ ਫੰਡ ਦਾ ਵੀ ਇਤਨਾ ਹੈ ਕਿ ਮੈਨੇ ਜਦੋਂ ਤੂੰ ਠੀਕ ਹੋ ਗਈ ਤੇ ਤੈਨੂੰ ਫਿਰ ਕਿਸੇ ਦੀ ਹੈਲਪ ਕਰਨੀ ਪਏਗੀ। ਅਸੀਂ ਤੈਨੂੰ ਦਾਨ ਨਹੀਂ ਦੇਣਾ ਹੈਗਾ, ਅਸੀਂ ਦਾਨ ਨਹੀਂ ਦਿੰਦੇ ਹੈਗੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਹੋਰ ਦੀ ਵੀ ਹੈਲਪ ਕਰੋ, ਠੀਕ ਹੈ। ਹਾਂ, ਤੁਹਾਡੇ ਕੋਲ ਦੋ ਆਪਸ਼ਨ ਆ, ਇੱਕ ਤਾਂ ਆ ਕ੍ਰੈਡਿਟ ਕਾਰਡ ਆ ਤੇ ਇੱਕ ਕੈਸ਼ ਆ। ਨਹੀਂ, ਹੁਣ ਤੁਸੀਂ ਚੂਜ਼ ਕਰ ਲਓ, ਕੈਸ਼ ਚਾਹੀਦਾ ਕਿ ਜਾਓ ਦੇਖ ਲਓ ਤੁਸੀਂ। ਨਹੀਂ, ਜੋ ਵੀ ਹੈ ਇਹ ਕੋਈ ਦਾਨ ਨਹੀਂ ਹੈ, ਇਹ ਕੋਈ ਦਾਨ ਨਹੀਂ ਹੈ, ਇਹ ਤੁਹਾਡਾ ਵਾ। ਦੇਖੋ ਧਾਰੇ ਦਿੱਤੇ ਆ, ਹਾਂ ਅਸੀਂ ਬਾਅਦ ਚੋਂ, ਚਲੋ ਠੀਕ ਹੈ, ਇਹ ਤੁਹਾਡੇ ਵਾਸਤੇ ਹੈ। ਹਾਂ, ਨਹੀਂ ਅਕਾਊਂਟ 'ਚ ਨਹੀਂ ਪਾਉਣੇ, ਅਕਾਊਂਟ 'ਚ ਨਹੀਂ ਪਾਉਣੇ, ਸੇਵਾ ਲੱਗ ਲਵਾਂਗੇ ਕਿਸੇ ਹੋਰ ਗਰੀਬ ਦੀ ਹੈਲਪ ਹੋ ਜੇ ਜਦੋਂ। ਹਾਂ, ਤੁਹਾਨੂੰ ਦੱਸਾਂਗੇ ਇਹ, ਅਸੀਂ ਸਾਨੂੰ ਖੁਸ਼ੀ ਤਾਂ ਹੋਏਗੀ ਜਦੋਂ ਤੁਸੀਂ ਕਿਸੇ ਦੀ ਹੈਲਪ ਕਰੋਗੇ। ਨਹੀਂ 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 ਨਹੀਂ, ਡੋਂਟ ਵਰੀ, ਡੋਂਟ ਵਰੀ, ਜਿਹਦਾ ਕੋਈ ਨਹੀਂ ਉਹਦਾ ਗੁਰੂ ਰਾਮਦਾਸ, ਠੀਕ ਹੈ। ਜਿਹਦਾ ਕੋਈ ਤੂੰ ਜੋ 200 ਦਿੱਤੇ ਨਾ, ਤਾਂ ਹੀ ਕਰਕੇ ਅਸੀਂ ਤੇਰੇ ਤੱਕ ਆਏ ਆ। ਦੈਟਸ ਟਰੂ, ਠੀਕ ਹੈ ਨਾ।